ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਸੁਮੇਂਦਰਜੀਤ ਸਿੰਘ ਤੁਸੀਂ ਦੇਖ ਰਹੇ ਹੋ ਟੂਰਿਸਟ ਲ ਇੰਡੀਆ ਇੰਸਟਾਗ੍ਰam ਫੇਸਬੁੱਕ ਤੇ YouTube ਚੈਨਲ ਆਪਣੀ ਇਹ ਵੀਡੀਓ ਹੁੰਦੀ ਹੈ ਕਿਆਊ ਐਨਏ ਯਾਨੀ ਕਿ ਕੁਐਸਚਨ ਤੇ ਆਨਸਰ ਤੁਸੀਂ ਕਮੈਂਟ ਦੇ ਰੂਪ ਦੇ ਵਿੱਚ ਮੈਨੂੰ ਸਵਾਲ ਕਰਦੇ ਹੋ ਔਰ ਮੈਂ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਇਸ ਵੀਡੀਓ 'ਚ ਦਿੰਨਾ ਇਹ ਵੀਡੀਓ YouTube ਤੋਂ ਰਿਲੀਜ਼ ਹੁੰਦੀ ਹੈ ਉਹ ਸ਼ੁਰੂ ਕਰਦੇ ਹਾਂ ਅੱਜ ਦਾ ਕਿਆਊ ਐਨਏ ਸਭ ਤੋਂ ਪਹਿਲਾ ਕਮੈਂਟ ਹੈ ਜੀ ਟਾਈਮਲੈਸ ਲੀਵਿੰਗ ਲਿਖਦੇ ਨੇ ਹੈਲੋ ਸਰ ਆਈ ਹੈਵ ਵਨ ਕੁਐਸਚਨ ਬੈਕ ਇਨ 2019 ਆਈ ਹੈਡ ਕਿਡਨੀ ਸਰਜਰੀ ਐਂਡ ਆਈ ਓਨਲੀ have one kidney now i go through medical checkup every six months and uh, my uh, and also my father is a handicapped he need me and i am a tattoo artist uh, is this enough to show strong ties ਦੇਖੋ ਤੁਸੀਂ ਇਹਦੇ ਵਿੱਚ ਆਪਣੀ ਮੈਡੀਕਲ ਹਿਸਟਰੀ ਦੱਸੀ ਹੈ ਆਪਦੇ ਫਾਦਰ ਬਾਰੇ ਦੱਸਿਆ ਤੁਸੀਂ ਆਪਣੀ ਪ੍ਰੋਫਾਈਲ ਬਾਰੇ ਨਹੀਂ ਦੱਸਿਆ ਤੁਸੀਂ ਇਹ ਦੱਸਿਆ ਕਿ ਤੁਸੀਂ ਟੈਟੂ ਆਰਟਿਸਟ ਹੈਗੇ ਹੋ ਦੇਖੋ ਜਿਹੜੀ ਮੈਡੀਕਲ ਪ੍ਰੋਬਲਮ ਹੈ ਚਾਹੇ ਉਹ ਤੁਹਾਨੂੰ ਹੈ ਚਾਹੇ ਤੁਹਾਡੇ ਫਾਦਰ ਨੂੰ ਹੈ ਤੁਹਾਡੇ ਕਿਸੇ ਫਰੈਂਡ ਨੂੰ ਹੈ ਕਿਸੇ ਫੈਮਿਲੀ ਮੈਂਬਰ ਨੂੰ ਹੈ ਜਿਹੜੀ ਐਮਬੈਸੀ ਹੈ ਨਾ ਉਹ इमोਸ਼ਨ ਤੇ ਨਹੀਂ ਚੱਲਦੀ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਕੈਨੇਡਾ ਜਾ ਕੇ ਕੇਅਰ ਟੇਕ ਕਰਨੀ ਹੈ ਕਿਸੇ ਦੀ ਕਿਉਂਕਿ ਉੱਥੇ ਜਿਹੜਾ ਕੇਅਰ ਟੇਕ ਸਿਸਟਮ ਉਹ ਆਪਣੇ ਵਰਗਾ ਨਹੀਂ ਹੈਗਾ ਇੰਡੀਆ ਵਰਗਾ ਕੇਅਰ ਟੇਕ ਸਿਸਟਮ ਨਹੀਂ ਹੈ ਜੇ ਤੁਸੀਂ ਹਸਪੀਟਲ ਐਡਮਿਟ ਹੋਣੇ ਹੋ ਤਾਂ ਤੁਹਾਨੂੰ ਜਿਹੜਾ ਹਸਪੀਟਲ ਪੂਰੀ ਫੈਸਿਲਿਟੀ ਜਿਹੜੀ ਹੈਗੀ ਹੈ ਉਹ ਪ੍ਰੋਵਾਈਡ ਕਰਵਾਉਂਦਾ ਸੋ ਕਿਸੇ ਨੂੰ ਕੇਅਰ ਟੇਕ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਈਵਨ ਕਿ ਜੇ ਤੁਸੀਂ ਘਰ ਵੀ ਆ ਜੰਨੇ ਹੋ ਤਾਂ ਵੀ ਤੁਹਾਨੂੰ ਗਵਰਨਮੈਂਟ ਵੱਲੋਂ ਸਪੈਸ਼ਲ ਜਿਹੜਾ ਹੈ ਕੇਅਰ ਟੇਕਰ ਪ੍ਰੋਵਾਈਡ ਕਰਵਾਇਆ ਜਾਂਦਾ ਸੋ ਕੇਅਰ ਟੇਕਰ ਦੇ ਬੇਸ ਤੇ ਜੇ ਤੁਸੀਂ ਕਹੋ ਕਿ ਵੀਜ਼ਾ ਲੈ ਲੋਗੇ ਜਾਂ ਕੋਈ ਵੀਜ਼ਾ ਸ਼ਰਤਾਂ ਚ ਵੇਵ ਆਫ ਮਿਲ ਜੇਗੀ ਇਹ ਪੋਸਿਬਿਲਟੀ ਨਹੀਂ ਹੈਗੀ ਤੁਹਾਡੀ ਆਪ ਦੀ ਕੀ ਪ੍ਰੋਫਾਈਲ ਹੈਗੀ ਹੈ ਨਾ ਉਹ ਡਿਪੈਂਡ ਕਰਦੀ ਹੈ ਤੁਹਾਡੀ ਕਿੰਨੇ ਦੀ ਆਈਟੀਆਰ ਤੁਸੀਂ ਭਰਦੇ ਹੋ ਕਿੰਨਾ ਕੁ ਤੁਹਾਡੇ ਕੋਲ ਫੰਡ ਹੈਗਾ ਯਾਨੀ ਕਿ ਕੀ ਤੁਹਾਡੇ ਕੋਲ ਇਸ ਤਰ੍ਹਾਂ ਦਾ ਕੋਈ ਸ਼ ਹੈ ਜਿਸ ਏ ਲੱਗੇ ਕਿ ਤੁਸੀਂ ਇੱਕ ਜੈਨਨ ਵਿਸਟਰ ਹੈਗੇ ਹੋ ਤੇ ਜੋ ਵੀ ਤੁਸੀਂ ਕੰਮ ਕਰਨ ਚੱਲੇ ਹੋ ਵਿਸਟ ਕਰਨ ਚੱਲੇ ਹੋ ਵਿਸਟ ਕਰਕੇ ਤੁਸੀਂ ਵਾਪਸ ਆਉਂਗੇ ਸੋ ਆਹ ਚੀਜ਼ ਜਿਹੜੀ ਹੈਗੀ ਹੈ ਇਹ ਸ਼ੋਅ ਕਰਨਾ ਬੜਾ ਜ਼ਰੂਰੀ ਹੈ ਅੰਬੈਸੀ ਈਮੋਸ਼ਨ ਤੇ ਨਹੀਂ ਚੱਲਦੀ ਜਿਹੜੀ ਅੰਬੈਸੀ ਹੈ ਦੋਸਤੋ ਡਾਕੂਮੈਂਟੇਸ਼ਨ ਤੇ ਚੱਲਦੀ ਹੈਗੀ ਹੈ ਅਗਲਾ ਕਮੈਂਟ ਹੈ ਜੀ ਏ ਕੇ ਪੀ ਅਮਨਪ੍ਰੀਤ ਕੌਰ ਲਿਖਦੇ ਨੇ ਕਿ ਤੁਸੀਂ ਇਟਲੀ ਦਾ ਵੀਜ਼ਾ ਲਗਵਾ ਦਿੰਨੇ ਹੋ ਸਰ ਅਸੀਂ ਕਿਸੇ ਵੀ ਕੰਟਰੀ ਦਾ ਵੀਜ਼ਾ ਜਿਹੜਾ ਹੈਗਾ ਉਹ ਕਰਵਾ ਦਿੰਨੇ ਹਾਂ ਜਸਟ ਸਾਨੂੰ ਤੁਹਾਡੀ ਪ੍ਰੋਫਾਈਲ ਚਾਹੀਦੀ ਹੈਗੀ ਔਰ ਅਸੀਂ ਹਰ ਇੱਕ ਤਰ੍ਹਾਂ ਦੇ ਵੀਜ਼ਾ ਚ ਡੀਲ ਕਰਦੇ ਹੈਗੇ ਹਾਂ ਸੋ ਜੇ ਤੁਸੀਂ ਇਟਲੀ ਦਾ ਟੂਰਿਸਟ ਵੀਜ਼ਾ ਕਰਵਾਉਣਾ ਚਾਹੁੰਦੇ ਹੋ ਤਾਂ ਅਸੀਂ ਟੂਰਿਸਟ ਵੀਜ਼ਾ ਵੀ ਕਰਵਾ ਦਿੰਨੇ ਹੈਗੇ ਬਸ਼ਰਤੇ ਸਾਨੂੰ ਤੁਹਾਡੀ ਡਾਕੂਮੈਂਟੇਸ਼ਨ ਚਾਹੀਦੀ ਹੈ ਤੁਹਾਡੀ ਆਈ ਆਰ ਬੈਂਕ ਸਟੇਟਮੈਂਟ ਤੁਹਾਡੇ ਕੰਮ ਦਾ ਪ੍ਰੂਫ ਜੇ ਤੁਸੀਂ ਕਿਸੇ ਹੋਰ ਤਰ੍ਹਾਂ ਦੇ ਵੀਜ਼ੇ ਦੀ ਵੀ ਸਾਡੇ ਤੋਂ ਕੋਈ ਹੈਲਪ ਲੈਣੀ ਚਾਹੁੰਦੇ ਹੋ ਸੀ ਉਹ ਹੈਲਪ ਵੀ ਤੁਹਾਡੀ ਜਿਹੜੀ ਹੈਗੀ ਹੈ ਉਹ ਕਰਦੇ ਹੈਗੇ ਆਂ ਅਗਲਾ ਕਮੈਂਟ ਹੈ ਜੀ ਯੂਜ਼ਰ 7055 ਲਿਖਦੇ ਨੇ ਸਰ ਯੂਕੇ ਮੇ ਪ੍ਰੋਬਲਮ ਚੱਲ ਰਹੀ ਹੈ ਇੰਡੀਅਨ ਕੋ ਰਿਪੋਰਟ ਕਰ ਰਹੇ ਹਨ ਆ ਸੈਟਲਮੈਂਟ ਕਾ ਕੋਈ ਆਪਸ਼ਨ ਨਹੀਂ ਦੇ ਰਹੇ ਹਨ ਦੇਖੋ ਜਿਹੜੀਆਂ ਇਹ ਪ੍ਰੋਬਲਮਸ ਨੇ ਰਿਪੋਰਟ ਕਰਨ ਦੀਆਂ ਯਾਹੋ ਇਹ ਲਗਭਗ ਹਰ ਕੰਟਰੀ ਚੱਲਦੀਆਂ ਨੇ ਕਿਤੇ ਬਹੁਤ ਘੱਟ ਨੇ ਕਿਤੇ ਬਹੁਤ ਜ਼ਿਆਦਾ ਨੇ ਹੁਣ ਤੁਸੀਂ ਰੀਸੈਟਲ ਸੁਣਿਆ ਹੋਵੇਗਾ ਕਿ ਯੂਐਸ ਵੀ ਕਈ ਲੋਕਾਂ ਨੂੰ ਬੰਦਿਆਂ ਨੂੰ ਉਥੋਂ ਰਿਪੋਰਟ ਕੀਤਾ ਹੈਗਾ ਜਿਹੜੀ ਨਿਊਜ਼ ਤਾਂ ਇਸ ਤਰ੍ਹਾਂ ਦੀ ਆਉਂਦੀਆਂ ਨੇ ਕਿ ਜਹਾਜ਼ ਭਰ ਭਰ ਕੇ ਇੰਡੀਆ ਨੂੰ ਰਿਪੋਰਟ ਕਰ ਰਹੇ ਨੇ ਸੋ ਇਹ ਨਾਰਮਲ ਚੀਜ਼ਾਂ ਨੇ ਚਲਦੀਆਂ ਰਹਿੰਦੀਆਂ ਨੇ ਜੇ ਤੁਹਾਡੀ ਡਾਕੂਮੈਂਟੇਸ਼ਨ ਸਹੀ ਹੈਗੀਏ ਤੁਸੀਂ ਸਾਰਾ ਕੁਝ ਲੀਗਲ ਕਰ ਰਹੇ ਹੋ ਪ੍ਰੋਪਰ ਕਰ ਰਹੇ ਹੋ ਪ੍ਰੋਪਰ ਵਰਕ ਪਰਮਿਟ ਲੈ ਕੇ ਰਹ ਰਹੇ ਹੋ ਜਾਂ ਪ੍ਰੋਪਰ ਤੁਹਾਡੀ ਕੋ ਸਟੇ ਹੈਗੀ ਹੈ ਤਾਂ ਤੁਸੀਂ ਕਿਸੇ ਕੰਟਰੀ ਚ ਵੀ ਸਟੇ ਕਰ ਸਕਦੇ ਹੋ ਜੇਕਰ ਤੁਹਾਡਾ ਸਟੇਟਸ ਇਲੀਗਲ ਹੈਗਾ ਹਨ ਜੇ ਤੁਹਾਡੇ ਕੋਲ ਪ੍ਰੋਪਰ ਡਾਕੂਮੈਂਟੇਸ਼ਨ ਨਹੀਂ ਹੈਗੀ ਤਾਂ ਤੁਹਾਨੂੰ ਕੋਈ ਵੀ ਕੰਟਰੀ ਰਿਪੋਰਟ ਕਰ ਸਕਦਾ ਸੋ ਜਾਣ ਤੋਂ ਪਹਿਲਾਂ ਤੁਸੀਂ ਸੋਚ ਕੇ ਜਾਣਾ ਆਪਦਾ ਸਾਰਾ 플ਾਨ ਬਣਾ ਕੇ ਜਾਣਾ ਹੈ ਕਿ ਤੁਸੀਂ ਜਿਹੜੀ ਸੈਟਲਮੈਂਟ ਕਰਨ ਚੱਲ ਰਹੇ ਹੋ ਕਿਸੇ ਵੀ ਕੰਟਰੀ ਚ ਕਿਹਾ ਤੁਸੀਂ ਉਸ ਇਸ ਵੀਜੇ ਤੇ ਟੂਰਿਸਟ ਵੀਜੇ ਤੇ ਜਾ ਕੇ ਸੈਟਲਮੈਂਟ ਕਰ ਸਕਦੇ ਹੋ ਸੇ ਸਾਰੀਆਂ ਚੀਜ਼ਾਂ ਤੁਹਾਨੂੰ ਪਹਿਲਾਂ ਕਨਸਿਡਰ ਕਰਨੀਆਂ ਪੈਂਦੀਆਂ ਨੇ ਅਗਲਾ ਕਮੈਂਟ ਹੈ ਵੀਰ ਜੀ 72 ਘੰਟੇ ਵਾਲੀ ਐਂਟਰੀ ਜਪਾਨ ਦੀ ਹੈਗੀ ਹੈ ਤੇ ਓਵਰ ਇਸਤੇ ਵੀ ਨਹੀਂ ਕੀਤਾ ਮੈਂ 72 ਘੰਟੇ ਚ ਕੰਟਰੀ ਆਊਟ ਕਰ ਲਈ ਸੀਗੀ ਤੇ ਕੋਲ ਅਲੱਗ-ਅਲੱਗ ਕੰਟਰੀਆਂ ਦਾ ਆਪਦਾ ਆਪਦਾ ਹਿਸਾਬ ਹੁੰਦਾ ਹੈ ਕਈਆਂ ਦੇ ਟਰਾਂਜ਼ਿਟ ਵੀਜ਼ਾ ਜਿਹੜਾ ਹੈਗਾ 24 ਘੰਟੇ ਦਾ 72 ਘੰਟੇ ਦਾ ਯਾ 48 ਘੰਟੇ ਦਾ ਮਿਲਦਾ ਹੈਗਾ ਸੋ ਇਹ ਡਿਪੈਂਡ ਕਰਦਾ ਹੈ ਕੰਟਰੀ ਦੀ ਜਿਹੜੀ ਪਾਲਸੀ ਹੈਗੀ ਹੈ ਤੁਸੀਂ ਪਾਲਸੀ ਦੇਖ ਕੇ ਕਿਸੇ ਵੀ ਕੰਟਰੀ ਚ ਇਨ ਜਾਂ ਆਊਟ ਲੈ ਸਕਦੇ ਹੋ ਅਗਲਾ ਜਿਹੜਾ ਕਮੈਂਟ ਹੈਗਾ ਉਹ ਹੈਗਾ ਜੀ ਮਨਦੀਪ ਰਾਜਨ ਲਿਖਦੇ ਨੇ ਸਰ ਪਾਸਪੋਰਟ ਸਟੈਂਪਿੰਗ ਚ ਕਿੰਨਾ ਟਾਈਮ ਲੱਗ ਰਿਹਾ ਹੈਗਾ ਗੁੱਡ ਕੁਐਸਚਨ ਹੈ ਪਾਸਪੋਰਟ ਸਟੈਂਪਿੰਗ ਚ ਇਸ ਟਾਈਮ ਅਪਰੋਕਸੀਮੇਟ ਜਿਹੜਾ ਹੈਗਾ ਉਹ 15 ਦਿਨਾਂ ਦਾ ਸਮਾਂ ਲੱਗ ਰਿਹਾ ਜੀ 15 ਦਿਨਾਂ ਦੇ ਵਿੱਚ ਤੁਸੀਂ ਆਪ ਦਾ ਪਾਸਪੋਰਟ ਜਿਹੜਾ ਹੈਗਾ ਉਹ ਸਟੈਂਪ ਕਰਵਾ ਸਕਦੇ ਹੈਗੇ ਹਾਂ ਜੀ ਅਗਲਾ ਕਮੈਂਟ ਹੈ ਜੀ ਮਨੀਸ਼ ਲਿਖਦੇ ਨੇ 22 ਜੁਲਾਈ ਰੀਅਪਲਾਈ ਕੀਤਾ ਸੀ ਪਰ ਹਾਲੇ ਕੋਈ ਰਿਜ਼ਲਟ ਨਹੀਂ ਆਇਆ ਦੇਖੋ ਰਿਜ਼ਲਟ ਨੂੰ ਲੈ ਕੇ ਮੈਂ ਤੁਹਾਨੂੰ ਇੱਕ ਚੀਜ਼ ਕਲੀਅਰ ਕਰ ਦਣਾ ਕਿ ਜਿਹੜਾ ਇਸ ਟਾਈਮ ਕੈਨੇਡਾ ਦਾ ਰਿਜ਼ਲਟ ਹੈਗਾ ਉਹ ਡਿਲੇ ਚੱਲ ਰਿ ਵੀ ਲੱਗ ਰਿਹਾ ਹੈ ਹਰ ਇੱਕ ਤਰ੍ਹਾਂ ਦੀ ਐਪਲੀਕੇਸ਼ਨ ਹੁਣਾਂ ਸਮਾਂ ਨਹੀਂ ਲੱਗ ਰਿਹਾ ਪਰ ਜ਼ਿਆਦਾਤਰ ਤੁਸੀਂ ਮੰਨ ਕੇ ਚਲੋ 3 ਤੋਂ 5 ਮਹੀਨੇ ਦਾ ਸਮਾਂ ਜਿਹੜਾ ਹੈਗਾ ਉਹ ਇਸ ਟਾਈਮ ਲੱਗ ਰਿਹਾ ਹੈਗਾ ਅਗਲਾ ਕਮੈਂਟ ਹੈ ਸਰ ਯੂਕੇ ਵਰਕ ਪਰਮਿਟ ਲਈ ਪਲੱਸ 2 ਵਿੱਚ 62% ਨੰਬਰ ਨੇ ਚੱਲ ਜਾਂਦੇ ਨੇ ਦੇਖੋ ਵਰਕ ਪਰਮਿਟ ਦਾ ਸਿਸਟਮ ਜਿਹੜਾ ਹੈਗਾ ਉਹ ਅਲੱਗ ਹੁੰਦਾ ਹੈ ਜੀ ਵਰਕ ਪਰਮਿਟ ਦੇ ਵਿੱਚ ਤੁਹਾਡੀ ਜਿਹੜੀ ਐਜੂਕੇਸ਼ਨ ਹੈ ਜਾਂ ਤੁਹਾਡਾ ਐਕਸਪੀਰੀਅੰਸ ਹੈ ਤੁਹਾਡੇ ਵਰਕ ਪਰਮਿਟ ਨਾਲ ਰੈਲੇਵੈਂਟ ਹੋਣਾ ਚਾਹੀਦਾ ਪਰਸੈਂਟੇਜ ਦੇ ਵਿੱਚ ਕੋਈ ਦਿੱਕਤ ਨਹੀਂ ਹੁੰਦੀ 50% ਵਾਲੇ ਨੂੰ ਵੀ ਜਿਹੜਾ ਵਰਕ ਪਰਮਿਟ ਹੈਗਾ ਉਹ ਮਿਲ ਕਹਿੰਦਾ ਹੈ ਬਸ਼ਰਤੇ ਥੋੜੀ ਜਿਹੜਾ ਵਰਕ ਐਕਸਪੀਰੀਅੰਸ ਹੈਗਾ ਔਰ ਜਿਹੜਾ ਤੁਹਾਨੂੰ ਵਰਕ ਪਰਮਿਟ ਮਿਲ ਰਹਾ ਹੈਗਾ ਜਿਹੜੀ ਜੌਬ ਆਫਰ ਮਿਲਦੀ ਹੈ ਉਹ ਰੈਲੇਵੈਂਟ ਹੋਣ ਆਪਸ ਦੇ ਵਿੱਚ ਮਿਲਦੇ ਹੋਣ ਤਾਂ ਤੁਸੀਂ ਵਰਕ ਪਰਮਿਟ ਤੇ ਜਾ ਸਕਦੇ ਹੋ ਅਗਲਾ ਕਮੈਂਟ ਹੈ ਹਰਜੀਤ ਕੌਰ ਲਿਖਦੇ ਹੈ ਹੈਲੋ ਸਰ ਗੁੱਡ ਮਾਰਨਿੰਗ ਸਰ ਮੈਂ ਗੁਰਪ੍ਰੀਤ ਸਿੰਘ ਮੈਂ ਟੂਰਿਸਟ ਵੀਜ਼ਾ ਇੰਡੀਆ ਟੂ ਵੀਜ਼ਾ ਅਪਲਾਈ ਕਰਨਾ ਹੈ ਅਗਸਤ ਦਾ ਹੈ ਮੈਂ ਅਭੀ ਤੱਕ ਵੀਜ਼ਾ ਅਪਲਾਈ ਕੀਤਾ ਹੈ ਸੌਰੀ ਇਹ ਕਹਿੰਦੇ ਜੀ ਮੈਂ ਅਗਸਤ ਚ ਵੀਜ਼ਾ ਅਪਲਾਈ ਕੀਤਾ ਸੀਗਾ ਹੁਣ ਤੱਕ ਵੀਜ਼ਾ ਨਹੀਂ ਆਇਆ ਕਿੰਨਾ ਕੁ ਟਾਈਮ ਲਗੇਗਾ ਦੇਖੋ ਜਿਹੜਾ ਵੀਜ਼ਾ ਮੈਂ ਤੁਹਾਨੂੰ ਪਹਿਲਾਂ ਦੱਸੁੱਖਿਆ ਜੀ 4 ਕ ਮਹੀਨੇ ਦਾ ਸਮਾਂ ਜਿਹੜਾ ਹੈਗਾ ਉਹ ਲੱਗ ਰਿਹਾ ਤੁਸੀਂ 4 ਕ ਮਹੀਨਾ ਦਾ ਸਮਾਂ ਲੈ ਕੇ ਚੱਲੋ ਤਾਂ ਹੀ ਤੁਹਾਨੂੰ ਰਿਜ਼ਲਟ ਜਿਹੜਾ ਹੈਗਾ ਉਹ ਮਿਲ ਸਕਦਾ ਹੈ ਇਹ ਸੀਗੇ ਤੁਹਾਡੇ ਅੱਜ ਦੇ ਕਮੈਂਟ ਤੁਹਾਡੇ ਸਵਾਲ ਤੇ ਮੇਰੇ ਜਵਾਬ ਉਮੀਦ ਕਰਦਾ ਤੁਹਾਨੂੰ ਚੰਗੇ ਲੱਗੇ ਹੋਣਗੇ ਹੋਰ ਵੀਧਰੇ ਜਾਣਕਾਰੀ ਲਈ ਸਕਰੀਨ ਤੇ ਨੰਬਰਾਂ ਦੇ ਕਾਲ ਕਰ ਸਕਦੇ ਹੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ